ਸਤਿ ਸ਼੍ਰੀ ਅਕਾਲ। ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ। ਮਾਮਲਾ ਬਟਾਲਾ ਦੇ ਨਿੱਜੀ ਹੋਸਪਿਟਲ ਸ਼੍ਰੀ ਬਾਬਾ ਲਾਲ ਹੋਸਪਿਟਲ ਦਾ ਹੈ, ਜਿੱਥੇ ਅਚਾਨਕ ਏਸੀ ਵਿੱਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ ਅਤੇ ਹੋਸਪਿਟਲ ਦੇ ਅੰਦਰ ਧੂੰਆਂ ਹੀ ਧੂੰਆਂ ਫੈਲ ਗਿਆ। ਇਸ ਮੌਕੇ ਹੋਸਪਿਟਲ ਵਿੱਚ ਆਪਣੇ ਜੀਵਨ ਰੱਖਿਆ ਲਈ ਇਲਾਜ ਲਈ ਦਾਖਲ ਹੋਏ ਮਰੀਜ਼ ਵਿੱਚ ਆਪਣੇ ਜੀਵਨ ਨੂੰ ਬਚਾਉਣ ਲਈ ਹਫੜਾ ਦਫੜੀ ਮੱਚ ਗਈ। ਕੁਝ ਮਰੀਜ਼ ਤਾਂ ਗਲੂਕੋਜ਼ ਲੱਗੇ ਵਿੱਚ ਹੀ ਬਾਹਰ ਭੱਜਦੇ ਨਜ਼ਰ ਆਏ। ਇਤਲਾਹ ਮਿਲਦੇ ਹੀ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ 1 ਘੰਟੇ ਵਿੱਚ ਅੱਗ 'ਤੇ ਕਾਬੂ ਪਾ ਲਿਆ, ਪਰ ਇਸ ਅੱਗ ਕਾਰਨ ਹੋਸਪਿਟਲ ਦੇ ਅੰਦਰ ਧੂੰਏ ਦਾ ਗੁਬਾਰ ਫੈਲ ਗਿਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ, ਪਰ ਜੇ ਇਹ ਅੱਗ ਜ਼ਿਆਦਾ ਫੈਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ, ਕਿਉਂਕਿ ਆਸ ਪਾਸ ਰਿਹਾਇਸ਼ੀ ਅਤੇ ਤੰਗ ਇਲਾਕਾ ਸੀ। ਦਿਖਾਉਂਦੇ ਹਾਂ ਤੁਹਾਨੂੰ ਮੌਕੇ 'ਤੇ ਹੋਈ ਪੂਰੀ ਗੱਲਬਾਤ। ਮੈਂ ਦਿਨੇਸ਼ ਕੋਹਲੀ, ਮੈਨੇਜਮੈਂਟ ਦਾ ਮੈਂਬਰ ਇੱਥੋਂ ਵਾਲਵਾਲ ਜੋ ਏਸੀ ਨੇ ਅੱਗ ਪਕੜ ਲਈ। ਬਿਜਲੀ ਦੀ ਫਲੈਕਚੁਏਸ਼ਨ ਕੁਝ ਜ਼ਿਆਦਾ ਸੀ, ਪਹਿਲਾਂ ਲਾਈਟ ਸਵੇਰੇ ਆਈ ਨਹੀਂ, ਮੁੜ ਕੇ ਫਲੈਕਚੁਏਸ਼ਨ ਹੁੰਦੀ ਰਹੀ ਕਾਫੀ, ਉਹਦੇ ਕਰਕੇ ਏਸੀ ਨੇ ਕਿਤੇ ਅੱਗ ਪਕੜ ਲਈ ਹੈ। ਉਹ ਕਮਰੇ 'ਚ ਕੋਈ ਪੇਸ਼ੈਂਟ ਨਹੀਂ ਸੀ ਹੈਗਾ ਅਤੇ ਉਹ ਕਮਰੇ ਦੇ ਵਿੱਚ ਹੀ ਰਹੀ ਅੱਗ ਜਿਹੜੀ ਰਹੀ ਹੈ, ਉਹਦੇ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਮਾਵਾ ਲਾਲ ਜੀ ਦੀ ਪੂਰੀ ਕਿਰਪਾ ਰਹੀ ਹੈ ਅਤੇ ਪੂਰਾ ਬਚਾ ਰਿਹਾ। ਬਾਕੀ ਸਾਡੇ ਕੋਲ ਸਾਰੀ ਇੱਥੇ ਹਰ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਸੁਵਿਧਾ ਸਾਰੀ ਉਪਲਬਧ ਹੈਗੀ ਸੀ। ਮੁੱਖ ਕਾਰਨ ਹੁਣ ਤਾਂ ਕਮਰਾ ਬੰਦ ਸੀ, ਕਮਰੇ 'ਚ ਕੋਈ ਪੇਸ਼ੈਂਟ ਹੈ ਨਹੀਂ ਸੀ। ਹੁਣ ਏ ਸੀ ਨੇ ਬਿਜਲੀ ਦੀ ਫਲੈਕਚੁਏਸ਼ਨ ਕਰਕੇ ਅੱਗ, ਕੋਈ ਸਪਾਰਕਿੰਗ ਵਗੈਰਾ ਹੋਈ ਹੈ ਉਹਦੇ ਨਾਲ ਅੱਗ ਹੋ ਗਈ। ਅੱਗ ਅੰਦਰ ਪੇਸ਼ੈਂਟ ਤਾਂ ਕਾਫੀ ਹੋਣੇ, 10-15 ਪੇਸ਼ੈਂਟ ਤਾਂ ਅੰਦਰ ਐਡਮਿਟ ਹੁੰਦੇ ਹੀ ਹਰ ਟਾਈਮ, ਅਤੇ ਬਾਕੀ ਸਟਾਫ ਨੇ ਪੂਰੀ ਮਿਹਨਤ ਕਰਕੇ ਸਾਰੇ ਪੇਸ਼ੈਂਟਸ ਨੂੰ ਬਾਹਰ ਨਿਕਾਲਿਆ ਅਤੇ ਜੋ ਵੀ ਉਹਨਾਂ ਕੋਲ ਵੱਧ ਤੋਂ ਵੱਧ ਹੋ ਸਕਿਆ ਉਹਨਾਂ ਨੇ ਕੀਤਾ। ਉਹ ਫਿਲਹਾਲ ਬਾਹਰ ਹੀ ਨੇ ਪੇਸ਼ੈਂਟ ਸਾਰੇ, ਉੱਧਰ ਦੂਸਰੇ ਡਿਪਾਰਟਮੈਂਟ 'ਚ ਸ਼ਿਫਟ ਕਰਾ ਦਿੱਤੇ ਆ, ਉੱਧਰ ਸਾਡਾ ਦੂਸਰਾ ਹਾਲ ਆ, ਉੱਧਰ ਸ਼ਿਫਟ ਕਰਾ ਦਿੱਤੇ ਪੇਸ਼ੈਂਟ ਸਾਰੇ। ਬਾਕੀ ਹੋਰ 1.5 ਘੰਟੇ 'ਚ ਸਾਰਾ ਬਿਜਲੀ ਦਾ ਕੰਮ ਠੀਕ ਕਰਵਾ ਕੇ ਅਤੇ ਫਿਰ ਦੁਬਾਰਾ ਤੋਂ ਹੋਸਪਿਟਲ ਰਨਿੰਗ 'ਚ ਆ ਜਾਏਗਾ। ਨੁਕਸਾਨ ਕੋਈ ਨਹੀਂ, ਕਮਰੇ ਦਾ ਹੀ ਨੁਕਸਾਨ ਹੈਗਾ ਜਿਹੜਾ ਕੋਈ ਥੋੜ੍ਹਾ ਬਹੁਤ ਆਏਗਾ, ਬਾਕੀ ਕਿਰਪਾ ਬਾਬਾ ਲਾਲ ਜੀ ਦੀ ਬਚਾਅ ਵਾ ਪੂਰਾ। ਮੈਂ ਨੀਰਜ ਸ਼ਰਮਾ, ਸਬ ਫਾਇਰ ਅਫਸਰ ਨਗਰ ਨਿਗਮ ਬਟਾਲਾ ਤੋਂ। ਘਟਨਾ ਜੀ, ਇਹਨਾਂ ਦਾ ਏਸੀ ਨੂੰ ਅੱਗ ਲੱਗੀ ਆ ਅਤੇ 17 ਨੰਬਰ ਕਮਰਾ ਸੀਗਾ ਅਤੇ ਤੁਰੰਤ ਮੌਕੇ 'ਤੇ ਪਹੁੰਚੇ ਹਾਂ ਫਾਇਰ ਬ੍ਰਿਗੇਡ ਲੈ ਕੇ। ਜਿਹੜੇ ਮਰੀਜ਼ ਸੀਗੇ ਇਹਨਾਂ ਦੇ ਕੋਲ ਐਡਮਿਟ, ਉਹਨਾਂ ਨੂੰ ਐਵੈਕੂਏਟ ਕੀਤਾ ਗਿਆ ਪਹਿਲੇ ਅਤੇ ਤੁਰੰਤ ਅੱਗ 'ਤੇ ਕਾਬੂ ਪਾਇਆ ਗਿਆ। ਮੁਸ਼ਕਤ ਸਰ ਜ਼ਿਆਦਾ ਤਾਂ ਸਮੋਕ ਸੀਗੀ ਅੱਗ 'ਤੇ, ਪਿੱਛੇ ਖਾਲੀ ਏਸੀ ਨੂੰ ਸੀਗੀ, ਉਹ ਤਾਂ ਘੱਟ ਹੀ ਸੀਗੀ, ਲੇਕਿਨ ਸਮੋਕ ਜ਼ਿਆਦਾ ਹੋਣ ਕਰਕੇ ਥੋੜ੍ਹੀ ਜਿਹੀ ਦਿੱਕਤ ਆਈ ਆ, ਵੈਕੂਏਸ਼ਨ ਨਹੀਂ ਹੋ ਪਾਈ ਪੂਰੀ ਤਰ੍ਹਾਂ, ਮਤਲਬ ਵੀ ਵੈਂਟੀਲੇਸ਼ਨ। ਨੁਕਸਾਨ ਇਹਨਾਂ ਦਾ ਇੱਕੋ ਕਮਰੇ 'ਚ ਹੀ ਏਸੀ ਅਤੇ ਨਾਲ ਇੱਕ ਸੈਟੀ ਵਗੈਰਾ ਜਾਂ ਬੈੱਡ ਸੜਿਆ, ਹਾਂਜੀ, ਬਾਕੀ ਕੰਟਰੋਲ ਕਰ ਲਓ ਸਰ। ਜ਼ਿਆਦਾ ਜ਼ਿਆਦਾ 10 ਮਿੰਟ ਵੀ ਨਹੀਂ ਲੱਗੇ ਸਾਨੂੰ ਕਾਰਵਾਈ ਨੂੰ ਅੰਜਾਮ ਦਿੰਦੇ ਹਾਂ, 10 ਮਿੰਟ ਦੇ ਵਿੱਚ ਵਿੱਚ ਅਸੀਂ ਇਹਨੂੰ ਕਵਰ ਕਰ ਲਿਆ। ਮੈਂ ਦਿਨੇਸ਼ ਕੋਹਲੀ, ਮੈਨੇਜਮੈਂਟ ਦਾ ਮੈਂਬਰ ਇੱਥੋਂ ਵਾਲਵਾਲ ਜੋ ਏ ਸੀ ਨੇ ਅੱਗ ਪਕੜ ਲਈ। ਬਿਜਲੀ ਦੀ ਫਲੈਕਚੁਏਸ਼ਨ ਕੁਝ ਜ਼ਿਆਦਾ ਸੀ, ਪਹਿਲਾਂ ਲਾਈਟ ਸਵੇਰੇ ਆਈ ਨਹੀਂ, ਮੁੜ ਕੇ ਫਲੈਕਚੁਏਸ਼ਨ ਹੁੰਦੀ ਰਹੀ ਕਾਫੀ, ਉਹਦੇ ਕਰਕੇ ਏ ਸੀ ਨੇ ਕਿਤੇ ਅੱਗ ਪਕੜ ਲਈ ਹੈ। ਉਹ ਕਮਰੇ 'ਚ ਕੋਈ ਪੇਸ਼ੈਂਟ ਨਹੀਂ ਸੀ ਹੈਗਾ ਅਤੇ ਉਹ ਕਮਰੇ ਦੇ ਵਿੱਚ ਹੀ ਰਹੀ ਅੱਗ ਜਿਹੜੀ ਰਹੀ ਹੈ, ਉਹਦੇ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਮਾਵਾ ਲਾਲ ਜੀ ਦੀ ਪੂਰੀ ਕਿਰਪਾ ਰਹੀ ਹੈ ਅਤੇ ਪੂਰਾ ਬਚਾ ਰਿਹਾ। ਬਾਕੀ ਸਾਡੇ ਕੋਲ ਸਾਰੀ ਇੱਥੇ ਹਰ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਸੁਵਿਧਾ ਸਾਰੀ ਉਪਲਬਧ ਹੈਗੀ ਸੀ। ਮੁੱਖ ਕਾਰਨ ਹੁਣ ਤਾਂ ਕਮਰਾ ਬੰਦ ਸੀ, ਕਮਰੇ 'ਚ ਕੋਈ ਪੇਸ਼ੈਂਟ ਹੈ ਨਹੀਂ ਸੀ। ਹੁਣ ਏ ਸੀ ਨੇ ਬਿਜਲੀ ਦੀ ਫਲੈਕਚੁਏਸ਼ਨ ਕਰਕੇ ਅੱਗ, ਕੋਈ ਸਪਾਰਕਿੰਗ ਵਗੈਰਾ ਹੋਈ ਹੈ ਉਹਦੇ ਨਾਲ ਅੱਗ ਹੋ ਗਈ। ਅੱਗ ਅੰਦਰ ਪੇਸ਼ੈਂਟ ਤਾਂ ਕਾਫੀ ਹੋਣੇ, 10-15 ਪੇਸ਼ੈਂਟ ਤਾਂ ਅੰਦਰ ਐਡਮਿਟ ਹੁੰਦੇ ਹੀ ਹਰ ਟਾਈਮ, ਅਤੇ ਬਾਕੀ ਸਟਾਫ ਨੇ ਪੂਰੀ ਮਿਹਨਤ ਕਰਕੇ ਸਾਰੇ ਪੇਸ਼ੈਂਟਸ ਨੂੰ ਬਾਹਰ ਨਿਕਾਲਿਆ ਅਤੇ ਜੋ ਵੀ ਉਹਨਾਂ ਕੋਲ ਵੱਧ ਤੋਂ ਵੱਧ ਹੋ ਸਕਿਆ ਉਹਨਾਂ ਨੇ ਕੀਤਾ। ਉਹ ਫਿਲਹਾਲ ਬਾਹਰ ਹੀ ਨੇ ਪੇਸ਼ੈਂਟ ਸਾਰੇ, ਉੱਧਰ ਦੂਸਰੇ ਡਿਪਾਰਟਮੈਂਟ 'ਚ ਸ਼ਿਫਟ ਕਰਾ ਦਿੱਤੇ ਆ।
ਉੱਧਰ ਸਾਡਾ ਦੂਸਰਾ ਹਾਲ ਆ, ਉੱਧਰ ਸ਼ਿਫਟ ਕਰਾ ਤੇ ਪੇਸ਼ੈਂਟ ਸਾਰੇ। ਬਾਕੀ ਹੋਰ ਅੱਧੇ ਪੌਣੇ ਘੰਟੇ 'ਚ ਸਾਰਾ ਬਿਜਲੀ ਦਾ ਕੰਮ ਠੀਕ ਕਰਵਾ ਕੇ ਅਤੇ ਫਿਰ ਦੁਬਾਰਾ ਤੋਂ ਹੋਸਪਿਟਲ ਰਨਿੰਗ 'ਚ ਆ ਜਾਏਗਾ। ਨੁਕਸਾਨ ਕੋਈ ਨਹੀਂ, ਕਮਰੇ ਦਾ ਹੀ ਨੁਕਸਾਨ ਹੈਗਾ ਜਿਹੜਾ ਕੋਈ ਥੋੜ੍ਹਾ ਬਹੁਤ ਆਏਗਾ, ਬਾਕੀ ਕਿਰਪਾ ਬਾਬਾ ਲਾਲ ਜੀ ਦੀ ਬਚਾਅ ਵਾ ਪੂਰਾ।